ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨੀ ਕਤਲ ਤੇ ਲੜਾਈ ਤੇ ਝਗੜੇ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਫਗਵਾੜਾ ਦੇ ਰੇਲਵੇ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਭੱਲਾ ਸਪੇਅਰ ਪਾਰਟਸ ਦੇ ਮਾਲਕ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਦੁਕਾਨ ਮਾਲਕ ਕ੍ਰਿਸ਼ਨ ਕੁਮਾਰ ਭੱਲਾ ਦੁਕਾਨ ਤੇ ਬੈਠਾ ਸੀ ਤੇ ਕੁਝ ਦੇਰ ਬਾਅਦ ਜਦੋਂ ਉਸਦੇ ਅਕਾਊਂਟੈਂਟ ਨੇ ਆ ਕੇ ਦੇਖਿਆ ਤਾਂ ਉਸਦੇ ਮਾਲਕ ਦੀ ਲਾਸ਼ ਦੁਕਾਨ ਦੇ ਪਿਛਲੇ ਪਾਸੇ ਪਈ ਹੋਈ ਸੀ। ਜਿਵੇਂ ਮੈਂ ਲੁਧਿਆਣੇ ਤੋਂ ਵਾਪਸ ਆਇਆ ਤੇ ਅਸੀਂ ਜਾਣਾ ਸੀ ਕਿਤੇ ਇਕੱਠੇ ਤੇ ਮੈਂ ਫੋਨ ਕਰਕੇ ਕੋਸ਼ਿਸ਼ ਕਰ ਰਿਹਾ ਸੀ ਵੀ ਪਤਾ ਲੱਗੇ ਕਿੱਥੇ ਨੇ ਤੇ ਨਹੀਂ ਚੱਲੇ। ਵਾਈਫ ਨੂੰ ਕਿਹਾ ਵੀ ਮੰਮੀ ਨੂੰ ਫੋਨ ਕਰਕੇ ਪੁੱਛ ਵੀ ਘਰ ਤਾਂ ਨਹੀਂ ਆ ਗਏ ਤੇ ਫੋਨ ਕੀਤਾ ਉਹਨਾਂ ਦਾ ਵੀ ਨਹੀਂ ਚੱਕਦੇ ਪਏ ਸੀ। ਉੱਥੋਂ ਫਿਰ ਮੈਂ ਕਿਹਾ ਚਾਚਾ ਜੀ ਨੂੰ ਫੋਨ ਕਰ ਲਓ ਨੇੜੇ ਨੇ ਕਿਆ ਤਾਂ ਉਹਨਾਂ ਕੋਲ ਜਾ ਕੇ ਬੈਠਣ ਕਈ ਵਾਰੀ ਬਹਿ ਜਾਂਦੇ ਜਾ ਕੇ ਤੇ ਉਹ ਨਹੀਂ। ਫਿਰ ਚਾਚਾ ਜੀ ਨੂੰ ਫੋਨ ਕੀਤਾ ਤਾਂ ਚਾਚਾ ਜੀ ਨੇ ਦੱਸਿਆ ਕਿ ਉਹ ਤਾਂ ਇੱਥੇ ਗਿਰੇ ਪਏ ਨੇ। ਅੱਛਾ, ਮਤਲਬ ਕਾਲ ਨਹੀਂ ਚੱਕਦੇ ਵੀ ਸੀ ਆ ਕੇ ਦੇਖਿਆ ਤੇ ਗਿਰੇ ਪਏ ਪਏ ਗਏ। ਕੀ ਲੱਗਦਾ ਤੁਹਾਨੂੰ ਕਿਸੇ ਕੋਈ ਰੰਜਿਸ਼ ਵਗੈਰਾ ਇਹਨਾਂ ਦੀ ਕੋਈ ਲੱਗਦਾ ਹੋਵੇ ਕਿਸੇ ਨਾਲ ਕੋਈ ਹੈ? ਪਤਾ ਨਹੀਂ, ਕਹਿ ਨਹੀਂ ਸਕਦਾ ਜੀ, ਮੈਨੂੰ ਕੁਛ ਨਹੀਂ ਸਮਝ ਆਉਂਦੀ ਵੀ ਕੋਈ ਲੁੱਟ ਖੋਹ ਦਾ ਮਾਮਲਾ ਹੋ ਸਕਦਾ। ਪਤਾ ਨਹੀਂ, ਕੁਛ ਨਹੀਂ ਕਹਿ ਸਕਦਾ, ਕੋਈ ਸ਼ੱਕ ਕਿਸੇ ਦੇ ਤਾਂ ਕਿਆ ਪਤਾ ਲੱਗੇਗਾ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਪੁਲਿਸ ਪ੍ਰਸ਼ਾਸਨ ਇਸ ਟਾਈਮ ਆਈ ਹੋਈ ਹੈ, ਕੀ ਮੰਗ ਕਰਦੇ ਆ? ਕਰਨਗੇ ਤਫਤੀਸ਼ ਜੀ, ਇਹ ਦੇਖਣਗੇ ਕਿਸ ਤਰ੍ਹਾਂ। ਹਾਂ, ਕਿਉਂਕਿ ਪਤਾ ਤਾਂ ਲੱਗਣਾ ਚਾਹੀਦਾ ਨਾ ਬਜ਼ੁਰਗ ਨੂੰ ਬੈਠ ਕੇ ਬੈਠੇ ਸ਼ਰੀਫ ਆਦਮੀ ਨੂੰ ਦੋਨੋਂ ਪਾਸੋਂ। ਤੁਸੀਂ ਮੌਕੇ ਤੇ ਆਏ ਆ, ਕੋਈ ਉਹਨਾਂ ਦਾ ਇੱਦਾਂ ਲੱਗਦਾ ਵੀ ਕੁਛ ਉਹਨਾਂ ਦਾ ਚੀਜ਼ ਖੋਹੀ ਹੋਈ ਉਹਨਾਂ ਤੋਂ ਕੋਲੋਂ? ਪਤਾ ਨਹੀਂ, ਮੈਂ ਦੇਖਿਆ ਨਹੀਂ ਹੈ, ਲੇਕਿਨ ਪੈਸੇ ਤਾਂ ਉਹਨਾਂ ਦੀ ਜੇਬ 'ਚ ਹੁੰਦੇ ਸੀ, ਗੱਲੇ 'ਚ ਤਾਂ ਘੱਟ ਰੱਖਦੇ, ਡੱਬੇ ਡੁੱਬੇ 'ਚ ਕਿਸੇ ਰੱਖਦੇ ਜਾਂ ਜੇਬ 'ਚ ਪੈਸੇ ਰੱਖਦੇ। ਕੋਈ ਹੋਰ ਕੀਮਤੀ ਸਮਾਨ ਗਿਆ ਹੋਵੇ ਦੁਕਾਨ ਤੋਂ? ਨਹੀਂ, ਪਤਾ ਨਹੀਂ। ਮੈਨੂੰ ਤਾਂ ਲੱਗਦਾ ਜਿੱਦਾਂ ਲੁੱਟ ਖੋਹ ਵਾਲੇ ਆਉਂਦੇ ਉਹ ਆਏ ਹੋਣਗੇ ਅਤੇ ਉਹਨਾਂ ਦਾ ਹੀ ਕੰਮ ਹੁੰਦਾ ਕੁਝ ਨਾ ਕੋਈ ਲੁੱਟ ਖੋਹ ਕਰਦੇ ਕਰਦੇ, ਨਹੀਂ ਕੋਈ ਚੀਜ਼ ਕੋਈ ਬੰਦਾ ਦਿੰਦਾ ਮਾਰਦਾ ਕੋਈ ਮੇਰੇ ਹਿਸਾਬ ਦੇ। ਬਾਕੀ ਕੋਈ ਸੀਗਾ ਨਹੀਂ ਇੱਥੇ, ਕੀ ਮਾਰ ਸਾਰੀ ਗਰਦਨ ਤੇ ਇੱਥੇ ਇੱਥੇ ਪੂਰਾ ਕੱਟ ਹੈਗਾ ਐਡਾ ਡੂੰਗਾ। ਅਭੀ ਡੂੰਗਾ ਕੱਟ। ਨਾਮ ਕੀ ਹੈ ਜੀ ਉਹਨਾਂ? ਕ੍ਰਿਸ਼ਨ ਕੁਮਾਰ ਬੰਦਾ, ਕਿਹੜੀ ਜਗ੍ਹਾ ਰਹਿੰਦੇ ਨੇ? ਪੂਰੀਆਂ ਵਾਲੇ ਦਾ। ਕੋਈ ਸ਼ਿੱਦਤ ਲੱਗਦਾ ਵੀ ਕੋਈ ਮਾਮਲੇ ਕੋਈ ਪੈਸੇ ਪੂਸਾ ਗਿਆ ਹੋਵੇ? ਨਹੀਂ, ਕੋਈ ਲੁੱਟ ਦਾ ਮਾਮਲਾ ਲੱਗਦਾ ਤਾਂ? ਲੁੱਟ ਦਾ ਮਾਮਲਾ ਮੋਬਾਈਲ ਹਲੇ ਨਹੀਂ ਮਿਲਦਾ ਪਿਆ ਉਹਨਾਂ ਦਾ, ਉਹ ਵੀ ਉਹਦੀ ਰਿੰਗ ਟੋਨ ਵੀ ਨਹੀਂ ਆ ਰਹੀ। ਉਹ ਬਿੱਲੇ 'ਚ ਪੈਸੇ ਪੂਏ ਗਏ ਹੋਣਗੇ? ਹੋ ਸਕਦਾ, ਸਾਨੂੰ ਪਤਾ ਨਹੀਂ ਕਿੰਨੇ ਹੋ ਗਏ ਕੀ। ਉਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇਹਦੇ ਕੋਈ 70 ਸਾਲ ਦੇ ਕਰੀਬ ਉਮਰ ਦੇ ਜਿਹੜੇ ਆ ਕ੍ਰਿਸ਼ਨ ਕੁਮਾਰ ਭੱਲਾ ਨਾਂ ਦੇ ਬਜ਼ੁਰਗ ਦਾ ਕੋਈ ਇੱਥੇ ਮਰਡਰ ਹੋ ਗਿਆ। ਅਸੀਂ ਮੌਕੇ 'ਤੇ ਆਏ ਹਾਂ, ਸਾਰਾ ਦੇਖਿਆ ਸੀ ਇਹਨੂੰ ਕ੍ਰਾਈਮ, ਅਤੇ ਉਸ ਹਿਸਾਬ ਨਾਲ ਅਸੀਂ ਹੁਣ ਅੱਗੇ ਆਪਣੀ ਤਫਤੀਸ਼ ਚਲਾ ਰਹੇ ਹਾਂ ਅਤੇ ਜਲਦੀ ਤੋਂ ਜਲਦੀ ਜਿਹੜੇ ਆ ਜਿਨ੍ਹਾਂ ਨੇ ਗਲਤ ਜਿਹੜਾ ਕਾਰਾ ਕੀਤਾ ਉਹ ਫੜ ਜਾਂਦੇ। ਦੇਖੋ ਕੀ ਲੱਗਦਾ, ਕੋਈ ਲੁੱਟ ਖੋਹ ਦਾ ਮਾਮਲਾ ਲੱਗਦਾ ਹੈ? ਜਿਹੜਾ ਪਹਿਲੀ ਜਿਹੜੀ ਸਾਡੇ ਪਹੁੰਚਣ 'ਤੇ ਜਿਹੜਾ ਜੋ ਸਾਨੂੰ ਲੱਗ ਰਿਹਾ ਲੁੱਟ ਖੋਹ ਦਾ ਹੀ ਲੱਗਾ, ਬਾਕੀ ਅੱਗੇ ਜਿਹੜੀ ਕਰ ਰਹੇ ਹਾਂ ਤਫਤੀਸ਼ ਉਸ ਤੋਂ ਬਾਅਦ ਪਤਾ ਲੱਗੇਗਾ ਵਿੱਚ ਕੀ ਗੱਲ ਆ। ਕੀ ਮਾਰਿਆ ਲੱਗਦਾ? ਕੋਈ ਤੇਜ਼ ਧਾਰ ਜਾਂ ਹਥਿਆਰ ਦੇ ਨਾਲ, ਜਿਵੇਂ ਕੋਈ ਦਾਤਰ ਵਗੈਰਾ ਧੋਣ ਦੇ ਪਿੱਛੇ ਵੀ ਵੱਜਿਆ ਅਤੇ ਗਲੇ 'ਤੇ ਵੀ ਵੱਜਿਆ ਅੱਗੇ ਪਾਸੇ। ਮੋਬਾਈਲ ਇਹਨਾਂ ਦਾ ਨੀ ਮਿਲ ਰਿਹਾ, ਮੋਬਾਈਲ ਮੇਰਾ ਖਿਆਲ ਗਾਇਬ ਹੈ, ਉਹ ਕਰ ਰਿਹਾ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਬਾਜੀ ਕੇਸ ਰਜਿਸਟਰ ਕਰ ਰਹੇ ਹਾਂ, ਬਾਕੀ ਆਪਣੀ ਕਾਰਵਾਈ ਜਿਹੜੀ ਅੱਗੇ ਤਫਤੀਸ਼ ਕਰ ਰਹੇ ਹਾਂ। ਜਲਦੀ ਤੋਂ ਜਲਦੀ ਕਰ ਰਹੇ ਹਾਂ ਸਰ। ਕੋਈ ਮੌਕੇ ਤੋਂ ਕੋਈ ਹਥਿਆਰ ਨਹੀਂ?